अपने मोबाइल बंद करके बैठा करो,
ਤੇ ਆਪਣੇ ਬੱਚੇ ਸੰਭਾਲ ਕੇ ਰੱਖਿਆ ਕਰੋ। ਪਿੱਛੇ ਕੱਲ ਜਿਵੇਂ ਮੈਂ ਵੇਖਿਆ ਸੀ ਵੀ ਕਈ ਬੱਚੇ ਮਾਈਆਂ ਖਿਡਾ ਰਹੀਆਂ ਸਨ, ਬੱਚੇ ਨਹੀਂ ਸੰਕੇਤ ਹੈ, ਬੀਬੀਆਂ ਆਪ ਹੀ ਉਹਨਾਂ ਨੂੰ ਖਿਡਾ ਰਹੀਆਂ ਸਨ। ਤਾਂ ਭਾਵੇਂ ਵੈਸੇ ਗੁਰੂ ਦਰਬਾਰ ਦਾ ਨਿਯਮ ਹੁੰਦਾ ਹੈ ਕਿ ਦੋ ਪਹਿਰੇਦਾਰ ਜ਼ਰੂਰ ਚਾਹੀਦੇ ਹੁੰਦੇ ਦੋਵਾਂ ਪਾਸੇ, ਤਾਂ ਕਿ ਛੋਟਾ ਮੋਟਾ ਕੋਈ ਨਵਾਂ ਸਰੀਰ ਆ ਜਾਂਦਾ ਉਹਨੂੰ ਪਤਾ ਹੀ ਨਹੀਂ ਹੁੰਦਾ। ਅਤੇ ਵਿਚਾਰ ਜਿਹੜੀ ਹੈ ਕੀਰਤਨ ਦੇ ਵਿੱਚ ਤਾਂ ਸਾਜ ਨਾਲ ਜਿਹੜੇ ਚੱਲਦੇ ਰਹਿੰਦੇ ਨੇ, ਜਿਹਦੇ ਕਰਕੇ ਰੌਲਾ ਗੌਲਾ ਉਹ ਦੱਬਿਆ ਰਹਿੰਦਾ, ਪਰ ਵਿਚਾਰ ਜਿਹੜੀ ਹੈ ਸਤਿਗੁਰੂ ਨੇ ਬਣਾਈ ਹੈ। ਅਤੇ ਜਿਉਂ ਜਿਉਂ ਅੱਗੇ ਸਮਾਂ ਵੱਧਦਾ ਤਿਉਂ ਤਿਉਂ ਸਾਇਲੈਂਸ ਜਿਹੜੀ ਹੈ ਚੁੱਪ ਨੇ ਹੋਰ ਗੁਰੂ ਕਿਰਪਾ ਦੁਆਰਾ ਵਧਣਾ ਹੈ। ਕਦੀ ਕਦੀ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਕਿ ਬੰਦੇ ਨੂੰ ਆਪਣੇ ਸਵਾਸ ਲੈਣ ਦੀ ਆਵਾਜ਼ ਵੀ ਚੁੱਪਦੀ ਵੀ ਇਹ ਕਿਉਂ ਆ ਰਹੀ, ਕਿਉਂਕਿ ਧਿਆਨ ਇੰਨਾ ਇਕਾਗਰ ਹੁੰਦਾ ਹੈ ਔਰ ਇਕਾਗਰਤਾ ਦੇ ਵਿੱਚੋਂ ਹੀ ਆਨੰਦ ਪੈਦਾ ਹੁੰਦਾ। ਇਕਾਗਰਤਾ ਸ਼ਬਦ ਜਿਹੜਾ ਹੈ ਉਹਦਾ ਮਤਲਬ ਹੈ ਇੱਕ ਆਗਰ, ਇੱਕ ਦੇ ਅੱਗੇ ਮਨ ਦਾ ਖਲੋ ਜਾਣਾ। ਉਹ ਇੱਕ ਕੌਣ ਹੈ? ਗੁਰੂ ਦਾ ਸ਼ਬਦ ਹੈ। ਬਸ ਸ਼ਬਦ ਹੀ ਇੰਜ ਲੱਗੇ ਸਿੱਖ ਨੂੰ ਕੀਰਤਨ ਸੁਣਦਿਆਂ ਸੁਣਦਿਆਂ, ਕੀਰਤਨ ਹੀ ਰਹਿ ਗਿਆ ਮੈਂ ਹੈ ਨਹੀਂ। ਇੰਜ ਲੱਗੇ ਵਿਚਾਰ ਸੁਣਦਿਆਂ ਸੁਣਦਿਆਂ ਵਿਚਾਰ ਹੀ ਵਿਚਾਰ ਰੁਕ ਜਾਣ, ਸਮੇਂ ਦਾ ਪਤਾ ਹੀ ਨਾ ਲੱਗੇ। ਬਾਣੀ ਕਰਦੀ ਹੀ ਇਹ ਹੈ, ਦੁਨੀਆਂ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਜਿਹੜੀ ਸਮੇਂ ਨੂੰ ਰੋਕ ਸਕੇ। ਸਮੇਂ ਦਾ ਚੱਲਣਾ ਹੀ ਦੁੱਖ ਹੁੰਦਾ ਹੈ, ਕਾਲ ਹੀ ਦੁੱਖ ਹੈ। ਟਾਈਮ ਦੇ ਉੱਤੇ, ਸਮੇਂ ਦੇ ਉੱਤੇ ਸਾਇੰਸ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਵੀ ਕੀ ਹੈ, ਗੈਰ ਕਿਵੇਂ ਪੈਂਦਾ, ਬੰਦੇ ਦੀ ਉਮਰ ਕਿਵੇਂ ਬਣਦੀ, ਉਹਨਾਂ ਨੂੰ ਸਮਝ ਨਹੀਂ ਆ ਰਹੀ। ਕਿਉਂਕਿ ਸਮਾਂ ਹੀ ਮਨੁੱਖ ਦੇ ਵਿਚਾਰ ਪੈਦਾ ਕਰਦਾ ਹੈ ਅਤੇ ਸਮਾਂ ਹੀ ਦੁੱਖ ਪੈਦਾ ਕਰਦਾ। ਜੇ ਸਮੇਂ ਦਾ ਬੋਧ ਖਤਮ ਹੋ ਜਾਏ ਦੁੱਖ ਦੀ ਕੋਈ ਗੁੰਜਾਇਸ਼ ਨਹੀਂ ਹੈ। ਬੰਦੇ ਦੀ ਬਾਹਰਲੀ ਹਾਲਤ ਭਾਵੇਂ ਕਿਵੇਂ ਦੀ, ਕੱਲ੍ਹ ਵੀ ਆਪਾਂ ਵਿਚਾਰਿਆ ਸੀ ਕਿ ਬਾਹਰਲੀ ਹਾਲਤ ਨਾਲ ਜਿੰਨਾ ਮਨੁੱਖ ਅੱਜ ਦਾ ਜੁੜ ਗਿਆ ਹੈ ਕਿ ਸ਼ਾਇਦ ਇਹ ਜੀਵਨ ਹੈ, ਇਹ ਉਹਦੀ ਜ਼ਿੰਦਗੀ ਨਾਲ ਸਭ ਤੋਂ ਵੱਡਾ ਧੋਖਾ ਹੈ ਕਿ ਅਸੀਂ ਬਾਹਰ ਨੂੰ ਹੀ ਸਿਰਫ ਜ਼ਿੰਦਗੀ ਸਮਝ ਲਏ। ਠੀਕ ਹੈ, ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ, ਅਸੀਂ ਇੱਕ ਸਮਾਜਧਾਰੀ ਜੀਵ ਹਾਂ ਅਤੇ ਸਮਾਜ ਦੇ ਨਾਲ ਸਾਨੂੰ ਤੁਰਨ ਵਾਸਤੇ ਪਦਾਰਥਾਂ ਦੀ ਲੋੜ ਪੈਂਦੀ, ਮਾਇਆ ਦੀ ਲੋੜ ਪੈਂਦੀ। ਬੰਦੇ ਦੀ ਜ਼ਰੂਰਤ ਹੈ ਗੁਜ਼ਾਰਾ ਕਰਨਾ, ਫਿਰ ਮਾਇਆ ਦਾ ਜਿਹੜਾ ਵੰਡ ਕੀਤੀ ਹੈ ਪਰਮੇਸ਼ਰ ਨੇ ਉਹ ਸਾਰਿਆਂ ਕੋਲ ਇੱਕੋ ਜਿਹੀ ਨਹੀਂ ਰਹਿਣ ਦਿੰਦਾ। ਇੱਥੇ ਥੋੜ੍ਹਾ ਥੋੜ੍ਹਾ ਅਪ ਡਾਊਨ ਹੁੰਦਾ ਹੈ, ਮਾਇਆ ਇੱਕੋ ਜਿਹੀ ਸਾਰਿਆਂ ਕੋਲ ਨਹੀਂ ਹੁੰਦੀ। ਜੇ ਸਾਰਿਆਂ ਕੋਲ ਇੱਕੋ ਜਿਹੀ ਮਾਇਆ ਹੋ ਜਾਏ ਤਾਂ ਮਾਇਆ ਦਾ ਰਸ ਹੀ ਗੁਆਚ ਜਾਏ, ਖਤਮ ਹੋ ਜਾਏ। ਮਾਇਆ ਦਾ ਹੋਰ ਕੋਈ ਰਸ ਨਹੀਂ, ਮਾਇਆ ਦਾ ਘੱਟ ਹੋਣਾ ਹੀ ਮਾਇਆ ਦਾ ਰਸ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜਿਹਦੇ ਕੋਲ ਨਾ ਥੋੜ੍ਹੀ ਹੈ ਅਤੇ ਨਾ ਜ਼ਿਆਦਾ ਹੈ ਉਹੀ ਸੁਹੇਲਾ ਹੈ, ਜਿਹਦੇ ਕੋਲ ਥੋੜ੍ਹੀ ਹੈ ਉਹ ਤਾਂ ਮਿਲੀ ਜਾਂਦਾ ਵੀ ਕੱਲ੍ਹ ਨੂੰ ਕੀ ਕਰਾਂਗੇ, ਜਿਹਦੇ ਕੋਲ ਜ਼ਿਆਦਾ ਹੈ ਉਹ ਤਾਂ ਦੁਖੀ ਹੁੰਦਾ ਹੈ ਵੀ ਹੁਣ ਆ ਵੀ ਗਈ ਹੈ ਅਤੇ ਮੈਂ ਸੋਚਿਆ ਸੀ ਇਹਨੇ ਸੁੱਖ ਦੇਣਾ ਅਤੇ ਇਹਦੇ ਵਿੱਚੋਂ ਹੁਣ ਸੁੱਖ ਨਹੀਂ ਮਿਲਿਆ। ਸਗੋਂ ਮਨ ਦੀ ਇਕਾਗਰਤਾ ਗੁਆਚ ਜਾਂਦੀ, ਉਹਦਾ ਬਹੁਤਾ ਚਿੰਤਨ ਕਰਨ ਕਰੇ, ਬਹੁਤੀ ਯਾਦਾਸ਼ਤ, ਮਨ ਦੀ ਬਹੁਤੀ ਖੁਸ਼ੀ ਮਾਇਆ ਖੋ ਕੇ ਲੈ ਜਾਂਦੀ ਬੰਦੇ ਨੂੰ। ਆ ਤੁਸੀਂ ਸ਼ਬਦ ਕੀਰਤਨ ਸੁਣ ਰਹੇ ਸੀ ਕਿ ਜੇ ਤਾਂ ਖੁਸ਼ੀ ਚਾਹੀਦੀ ਹੈ ਥੋੜ੍ਹੇ ਚਿਰ ਦੀ, ਫਿਰ ਤਾਂ ਬਾਹਰ ਹੈ, ਪਰ ਜੇ ਸਦਾ ਕੁਛ ਰਹਿਣਾ ਚਾਹੁੰਦਾ ਤੇ ਕੀਰਤਨ ਦੇ ਨਾਮ ਜਪਿਆ ਕਰ। ਜੇ ਤੂੰ ਸਦਾ ਸੁਖੀ ਰਹਿਣਾ ਚਾਹੁੰਦਾ, ਜੇ ਅਲਪ ਸੁੱਖ ਚਾਹੁੰਦਾ, ਥੋੜ੍ਹਾ ਸੁੱਖ,
फिर बाहर सुख है, शांति नहीं है, शांति अंदर ही। मनुख की शुद्धि के दरिया के इनान करना, अंतरगत तीर्थ मन नाओ, अंदर में तीर्थ से नहाना, गुरु शब्द में डुबे रहना। जो गुरु ने, गुरु ग्रंथ साहब जी ने पांच प्यारिया के शब्द दिता है, शुद्धि डुबकियां लाती रह के आनंद प्राप्त कर सकती है। अन्यथा नहीं तो बाहर यह भटकती रही, टक्कर मारती रही है, क्योंकि बाहर यदि कितने खुराक नहीं है। इस करके अंदर का सुख प्राप्त करने वास्ते ही बाणी रची गुरु साहब ने कि मनुख अंदरों सुकून में चला जाए, बाहरों किरत करी जाए, बाहर का काम करी जाए। पर जो बहुता बाहर मुखी होंदा तो फिर दुखी होंदा। महाराज बाणी में कहते हैं जिस ग्रह थोड़ी, जिस ग्रह बहुती, तिस ग्रह है चिंता। जिस दे घर विच दुनिया के पदार्थ ज्यादा ने, गुरु ग्रंथ साहब जी की पंक्ति है और बाणी तोड़ के लिखी हुई है, बाणी एक्सपीरियंस के विचों, तजर्बियां के विचों लिखी हुई है, कोई कविता नहीं है। गुरु साहब ने उन्हें पहला हटाया है। जिवें किसी को ठंड लगती हो फिर वह ठंड की व्याख्या करके स्वाद आ जाता, कोई ठंड किस तरह लगती। बाबे कहते चक छोड़ी सहसा नहीं पुरी, मैं चक के वेख्या दुनिया की माया चंगी तरह।